ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਆਹ ਦੇਖ ਲਓ ਮੇਰੀ ਮੰਮੀ ਜੀ ਦਾ ਅੱਜ ਹਾਲ ਸੁੱਤੇ ਪਏ ਨੇ ਓ ਹੋ ਹੋ ਉਠਾਵਾਂ ਕਿ ਨਾ ਚਲੋ ਉਠਾ ਹੀ ਦਿੰਦੀ ਹਾਂ ਫਿਰ ਕਹਿਣਗੇ ਕਿ ਇਕੱਲੀ ਇਕੱਲੀ ਸਾਰਿਆਂ ਨਾਲ ਗੱਲਾਂ ਮਾਰ ਗਈ ਮੰਮੀ ਜੀ ਮੰਮੀ ਜੀ ਦੇਖਿਓ ਹੁਣ ਕਿੱਦਾਂ ਉੱਠਦੇ ਮੰਮੀ ਜੀ ਆਡੀਅੰਸ ਆ ਗਈ ਹਾਂਜੀ ਨਮਸਕਾਰ ਜੀ ਓਹੋ ਦੇਖ ਲਓ ਅੱਜ ਬਹੁਤ ਬੁਰਾ ਹਾਲ ਹੈ ਮੰਮੀ ਜੀ ਦਾ ਕੀ ਹੋਇਆ ਅੱਜ ਸਵੇਰ ਦਾ ਇੰਨਾ ਮੂੰਹ ਲਟਕਾਇਆ ਹੋਇਆ ਤੁਸੀਂ ਮੇਰੀ ਤਬੀਅਤ ਨਹੀਂ ਠੀਕ ਕਿਉਂ ਮੈਨੂੰ ਦੱਸਿਆ ਨਹੀਂ ਸਾਰੇ ਸਰੀਰ 'ਚ ਨਾ ਅਕੜਨ ਜੀ ਸਕਿਨ ਖਿੱਚੀ ਖਿੱਚੀ ਹੱਥਾਂ ਪੈਰਾਂ ਦੀ ਪਤਾ ਨਹੀਂ ਮੈਨੂੰ ਡਰਾਈਨੈਸ ਹੋ ਗਈ ਹੈ ਹਾਂ ਬਹੁਤ ਜ਼ਿਆਦਾ ਇੱਦਾਂ ਕਿੱਦਾਂ ਹੋ ਗਈ ਡਰਾਈਨੈਸ ਮੈਂ ਤੁਹਾਨੂੰ ਕਿਹਾ ਸੀ ਲੋਸ਼ਨ ਲਾਇਆ ਕਰੋ ਤੁਸੀਂ ਲੋਸ਼ਨ ਨਹੀਂ ਲਗਾਇਆ ਲੋਸ਼ਨ ਹਾਂ ਮੈਂ ਤਾਂ ਦੋ ਦੋ ਘੰਟੇ ਬੈਠ ਕੇ ਲੋਸ਼ਨ ਲਗਾਉਂਦੀ ਰਹਿੰਦੀ ਹਾਂ ਹਾਂ ਮੈਂ ਹੁਣ ਇਹੀ ਹੋ ਸਕਦਾ ਵੀ ਲੋਸ਼ਨ ਦੀ ਬਾਲਟੀ 'ਚ ਬੈਠ ਜਾਂ ਨਹੀਂ ਬਾਲਟੀ 'ਚ ਬਹਿਣ ਦੀ ਲੋੜ ਨਹੀਂ ਹੈ ਪਰ ਤੁਸੀਂ ਜਿਹੜਾ ਲੋਸ਼ਨ ਲਗਾਇਆ ਨਾ ਉਹ ਸਹੀ ਨਹੀਂ ਲਗਾਇਆ ਮਤਲਬ ਕੰਪਨੀ ਗਲਤ ਸੀ ਮੇਰੇ ਵਾਲਾ ਨਹੀਂ ਲਾਇਆ ਹੋਣਾ ਨਾ ਨਹੀਂ ਭੈਣ ਜੀ ਹਾਂ ਉਹ ਤੁਸੀਂ ਉਹ ਮੈਨੂੰ ਲੈ ਕੇ ਦਿੱਤਾ ਸੀ ਮੈਂ ਉਹੀ ਲੋਸ਼ਨ ਲਗਾਇਆ ਮੈਂ ਦਿੱਤਾ ਸੀ ਹਾਂਜੀ ਉਹੀ ਲਾਇਆ ਹਾਂ ਫਿਰ ਵੀ ਖੁਸ਼ਕੀ ਹੋ ਗਈ ਹਾਂ ਪਰ ਮੇਰੀ ਤਾਂ ਹੋਈ ਨਹੀਂ ਪਤਾ ਨਹੀਂ ਮੇਰੀ ਉਈ ਨਹੀਂ ਤਬੀਅਤ ਖਰਾਬ ਹੈ ਵਿੱਚ ਜੇ ਗਲਾ ਵੀ ਖਾਂਸੀ ਟਾਈਪ ਜਿਹਾ ਅਤੇ ਮੈਂ ਤੈਨੂੰ ਤਾਂ ਦੱਸਿਆ ਨਹੀਂ ਮੈਂ ਗਰਾਰੇ ਜੇ ਕਰ ਲਏ ਗਰਮ ਪਾਣੀ ਪੀਤਾ ਫਿਰ ਵੀ ਪਤਾ ਨਹੀਂ ਕੀ ਹੋਈ ਜੇ ਜਾਂਦਾ ਮੈਨੂੰ ਸਮਝ ਹੀ ਨਹੀਂ ਆ ਰਹੀ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਦੱਸਿਆ ਕਿ ਤੁਹਾਡਾ ਗਲਾ ਦੁੱਖ ਰਿਹਾ ਉਹ ਤੂੰ ਨਾ ਮੈਨੂੰ ਬਹੁਤ ਵਹਿਮਾਂ ਜਿਹਾ 'ਚ ਪਾ ਦਿੰਦੀ ਹਾਂ ਇਸ ਕਰਕੇ ਮੈਂ ਆਪਦੇ ਟੁੱਟ ਕੇ ਆਪ ਹੀ ਕਰੀ ਗਈ ਵਹਿਮਾਂ 'ਚ ਪਾਉਂਦੀ ਹਾਂ ਕਿ ਡਾਕਟਰ ਕੋਲ ਲੈ ਕੇ ਜਾਂਦੀ ਹਾਂ ਉਹੀ ਤਾਂ ਗੱਲ ਕਰਦੀ ਹਾਂ ਨਾ ਤੈਅ ਕਹਿਣਾ ਸੀ ਚਲੋ ਉੱਠੋ ਇਹ ਤਾਂ ਗਲਤ ਗੱਲ ਆ ਨਾ ਮੰਮੀ ਜੀ ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਸੀ ਅਸੀਂ ਚੈੱਕ ਕਰਾਉਂਦੇ ਛੋਟੀ ਮੋਟੀ ਕਈ ਵਾਰ ਇਨਫੈਕਸ਼ਨ ਹੁੰਦੀ ਆ ਤਾਂ ਉਹ ਜੇ ਜਲਦੀ ਦਵਾਈ ਲੈ ਲਓ ਤਾਂ ਜਲਦੀ ਠੀਕ ਹੋ ਜਾਂਦੀ ਆ ਨਾ ਬਾਈ ਕਿਉਂ ਮੈਨੂੰ ਨਾ ਬਹੁਤ ਡਰ ਲੱਗਦਾ ਪਹਿਲਾਂ ਡਾਕਟਰ ਕੋਲ ਜਾਓ ਹੁਣ ਇੱਕ ਬਿਮਾਰੀ ਤਾਂ ਹੈਗੀ ਆ 100 ਹੋਰ ਕੱਢ ਦੇਣੀਆਂ ਨੇ ਇਹ ਮੈਂ ਨਹੀਂ ਸਮਝੋ ਨਾ ਤੁਹਾਨੂੰ ਪਤਾ ਅੱਜ ਕੱਲ੍ਹ ਕੀ ਚੱਲ ਰਿਹਾ ਤੁਸੀਂ ਤਾਂ ਮੈਂ ਇੰਨੀ ਵਾਰ ਤੁਹਾਨੂੰ ਕਹਿੰਦੀ ਹਾਂ ਕਿ ਨੈੱਟ 'ਤੇ ਦੇਖਿਆ ਕਰੋ ਅੱਜ ਕੱਲ੍ਹ ਤਾਂ ਨਿਊਜ਼ 'ਚ ਵੀ ਬਹੁਤ ਆਇਆ ਕਰੋਨਾ ਵਾਇਰਸ ਆਹੋ ਕੀ ਹੈ ਇਹ ਨਵੀਂ ਬਿਮਾਰੀ ਚੱਲ ਪਈ ਹੈ ਆ ਪਹਿਲਾਂ ਕੋਈ ਸਵਾਈਨ ਫਲੂ ਕੈਸੇ ਕੈਸੇ ਨਾਮ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਹੋ ਜਿਹੀਆਂ ਬਿਮਾਰੀਆਂ ਨੇ ਹੁਣ ਇਹ ਚਾਈਨਾ ਤੋਂ ਆਈ ਹੈ ਮੰਮੀ ਜੀ ਮੈਂ ਤੁਹਾਨੂੰ ਦੱਸਦੀ ਹਾਂ ਤੁਹਾਨੂੰ ਪਤਾ ਨਹੀਂ ਹੈ ਕਰੋਨਾ ਵਾਇਰਸ ਨਾ ਬਹੁਤ ਜਲਦੀ ਫੈਲ ਰਿਹਾ ਇਹ ਹੁਣ ਹੈ ਤਾਂ ਚਾਈਨਾ ਦਾ ਵਾਇਰਸ ਹੁਣ ਇਹ ਇੰਡੀਆ ਵੀ ਆ ਗਿਆ ਇੰਡੀਆ ਤੋਂ ਪੰਜਾਬ ਵੀ ਆ ਗਿਆ ਅਤੇ ਪੰਜਾਬ 'ਚ ਵੀ ਬਹੁਤ ਸਾਰੇ ਲੋਕ ਬਿਮਾਰ ਹੋ ਚੁੱਕੇ ਇਸ ਵਾਇਰਸ ਦੇ ਨਾਲ ਤਾਂ ਜਦੋਂ ਹੁਣ ਤੁਸੀਂ ਮੈਨੂੰ ਦੱਸਿਆ ਕਿ ਖਾਰਿਸ਼ ਹੁੰਦੀ ਪਈ ਆ ਗਲੇ 'ਚ ਗਲਾ ਖਰਾਬ ਆ ਅਤੇ ਮੇਰਾ ਸਭ ਤੋਂ ਪਹਿਲਾਂ ਦਿਮਾਗ 'ਚ ਆਏਗਾ ਹਾਏ ਕਰੋਨਾ ਵਾਇਰਸ ਨਾਲ ਕੁਛ ਤੁਹਾਨੂੰ ਪਤਾ ਨਾ ਡਰ ਲੱਗਦਾ ਸੁੱਖ ਰੱਖੇ ਰੱਬ ਕਦੀ ਨਾ ਇੱਦਾਂ ਹੋਵੇ ਪਰ ਮੈਨੂੰ ਡਰ ਜਿਹਾ ਲੱਗਿਆ ਮੈਂ ਤਾਂ ਤੁਹਾਨੂੰ ਕਹਿ ਰਹੀ ਸੀ ਕਿ ਸਾਨੂੰ ਡਾਕਟਰ ਨੂੰ ਚੈੱਕ ਕਰਾਉਣਾ ਚਾਹੀਦਾ ਹੁਣ ਇਹ ਵਾਇਰਸ ਪਤਾ ਕਿੱਦਾਂ ਇੱਕ ਤਾਂ ਹੱਥ ਮਿਲਾਉਣਾ ਵੀ ਫੈਲ ਸਕਦਾ ਜੱਫੀ ਪਾਉਣ ਨਾਲ ਫੈਲ ਸਕਦਾ ਆ ਕਿਸੇ ਦੀ ਛਿੱਕ ਤੋਂ ਫੈਲ ਸਕਦਾ ਫਲੂ ਨਹੀਂ ਹੁੰਦਾ ਜਿਵੇਂ ਫਲੂ ਵਾਂਗੂ ਆ ਉਸ ਤਰ੍ਹਾਂ ਹੀ ਆ ਸੋ ਇਹਦੀ ਸਿੰਪਟਮ ਵੀ ਇੱਦਾਂ ਦੇ ਮੈਂ ਦੇਖੇ ਸੀ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਉਹਦੇ ਵਿੱਚ ਲਿਖਿਆ ਸੀਗਾ ਕਿ ਗਲਾ ਖਰਾਬ ਹੋਣਾ ਖਾਰਿਸ਼ ਹੋਣੀ ਬੁਖਾਰ ਹੋਣਾ ਜਾਂ ਠੰਡ ਲੱਗਣੀ ਇਸ ਕਰਕੇ ਹੋਇਆ ਕਿ ਮੈਂ ਤੁਹਾਨੂੰ ਪੁੱਛਾਂ ਕਿ ਮੰਮੀ ਜੀ ਜੇ ਇੱਦਾਂ ਦਾ ਕੁਛ ਹੈਗਾ ਤਾਂ ਮੈਨੂੰ ਦੱਸੋ ਅਤੇ ਆਪਾਂ ਤੁਹਾਡਾ ਚੈੱਕਅਪ ਕਰਾਵਾਂਗੇ ਮੈਨੂੰ ਤਾਂ ਤੂੰ ਡਰ ਲੱਗਣ ਲਾ ਤਾਂ ਮੈਂ ਸੱਚੀ ਕਹਿ ਰਹੀ ਹਾਂ ਤੂੰ ਬਾਬਾ ਮੇਰੇ ਤੋਂ ਦੂਰ ਰਹਿ ਮੈਂ ਨਹੀਂ ਤੇਰੇ ਨੇੜੇ ਆਉਂਦੀ ਨਹੀਂ ਨਹੀਂ ਡਰਨ ਦੀ ਕੋਈ ਲੋੜ ਨਹੀਂ ਮੈਂ ਤਾਂ ਉਹੀ ਡਰ ਦੀ ਸੋਚੀ ਜਾਂਦੀ ਸੀ ਗਲਾ ਖਰਾਬ ਹੈ ਇਹ ਮੈਨੂੰ ਚੱਕ ਕੇ ਡਾਕਟਰ ਦੇ ਲੈ ਜੂ ਕੀ ਦੱਸਣਾ ਪਰ ਹੈ ਮੇਰਾ ਗਲਾ ਖਰਾਬ ਤੈਨੂੰ ਮੇਰੀ ਆਵਾਜ਼ ਤੋਂ ਵੀ ਲੱਗਦਾ ਹੋਊਗਾ ਹਾਂ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਹਾਂ ਕਿ ਲੋਕੀ ਨੇ ਐਵੇਂ ਡਰਦੇ ਰਹਿੰਦੇ ਆ ਹਨਾ ਕਿਉਂਕਿ ਆਪ ਡਾਕਟਰ ਨਹੀਂ ਬਣਨਾ ਚਾਹੀਦਾ ਤੁਹਾਡੇ ਵਾਂਗੂ ਡਾਕਟਰ ਸਾਹਿਬ ਦੱਸੋ ਤੁਹਾਡੇ ਕੋਲ ਤਾਂ ਇੰਨੇ ਇਲਾਜ ਪਏ ਹੁੰਦੇ ਆ ਇਲਾਜ ਤਾਂ ਪਏ ਹੁੰਦੇ ਨੇ ਪਰ ਮੈਂ ਕਰੀ ਜਾਂਦੀ ਹਾਂ ਹੁਣ ਰੱਬ ਕਰੇ ਇਹੀ ਚੀਜ਼ ਭਾਈ ਨਾ ਹੀ ਨਿਕਲੇ ਕਿਸੇ ਨੂੰ ਬਣਾ ਨਿਕਲੇ ਮੈਂ ਤਾਂ ਇਹ ਕਹਿੰਦੀ ਹਾਂ ਬਿਲਕੁਲ ਪਰ ਇਹ ਹੈ ਕਿ ਸਾਰੇ ਠੀਕ ਠਾਕ ਰਹਿਣ ਜਿਹੜੀ ਗੱਲ ਤੂੰ ਕਹਿਣੀ ਡਾਕਟਰ ਦੇ ਮੈਂ ਚਲੂੰਗੇ ਨਾ ਮੈਂ ਕਰਾ ਲੂੰ ਪਰ ਮੇਰੀ ਗੱਲ ਸੁਣੋ ਉਹਨੇ ਡਾਕਟਰ ਨੇ ਕਹਿਣਾ ਟੈਸਟ ਕਰਾਉਣ ਨੂੰ ਅਤੇ ਜੇ ਤੁਸੀਂ ਟੈਸਟ ਕਰਾਉਣ ਤੋਂ ਭੱਜੇ ਨਾ ਕਿਉਂਕਿ ਮੈਨੂੰ ਪਤਾ ਤੁਹਾਡਾ ਜਦੋਂ ਕਿਸੇ ਨੇ ਕਹਿਣਾ ਨਾ ਤੁਹਾਨੂੰ ਟੈਸਟ ਕਰਾ ਲਓ ਤੁਸੀਂ ਕਹਿਣਾ ਮੈਂ ਨਹੀਂ ਟੈਸਟ ਕਰਾਉਣਾ ਕੁਛ ਹੋਰ ਨਿਕਲ ਆਊ ਨਹੀਂ ਉਈ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਲਾਂਗੇ ਟੈਸਟ ਰੁਸਟ ਨਾ ਮੈਨੂੰ ਬਹੁਤ ਡਰ ਲੱਗਦਾ ਕੁਝ ਜਿਹੜੀਆਂ ਵੱਡੀਆਂ ਸਾਰੀਆਂ ਮਸ਼ੀਨਾਂ ਦੇ ਵਿੱਚ ਉਹ ਅੰਦਰ ਜੇ ਨੂੰ ਲੈ ਜਾਂਦੇ ਨੇ ਪਤਾ ਨਹੀਂ ਉਹ ਬਹੁਤ ਬੜੀ ਜੀਵ ਕੀ ਹੁੰਦੀ ਹੈ ਮੈਨੂੰ ਨਹੀਂ ਹੁੰਦਾ ਮੈਂ ਨਹੀਂ ਉਹ ਨਹੀਂ ਮੈਂ ਟੈਸਟ ਕਰਾਉਣੇ ਗੱਲ ਤਾਂ ਫਿਰ ਉੱਥੇ ਆ ਗਈ ਪਰ ਅੱਛਾ ਮੈਂ ਕਰਦੀ ਹਾਂ ਤੁਹਾਡਾ ਨਾਂ ਹੈ ਨਾ ਜਸਵੰਤ ਕੌਰ ਗਿੱਧਿਆਂ ਵਾਲੀ ਤਾਂ ਮੈਂ ਲਾ ਦਿੰਦੀ ਹਾਂ ਡਾਕਟਰ ਜਸਵੰਤ ਕੌਰ ਗਿੱਧੇ ਗੁੱਧੇ ਛੱਡੋ ਆਪਾਂ ਦਵਾਈਆਂ ਦਵਾ ਕਰਾਂਗੇ ਹੋਰ ਤੁਸੀਂ ਡਾਕਟਰ ਹੋ ਜਿਨ੍ਹਾਂ ਨੇ ਇੰਨੀ ਪੜ੍ਹਾਈ ਕਰੀ ਹੈ ਪੜ੍ਹ ਲਿਖ ਕੇ ਬੈਠੇ ਨੇ ਉਹ ਸਿਆਣੇ ਬੰਦੇ ਬੈਠੇ ਆ ਸਾਡੀ ਆਹੀ ਪ੍ਰੋਬਲਮ ਆ ਇੱਕ ਤਾਂ ਅਸੀਂ ਸਾਰੇ ਲੋਕ ਆਪ ਡਾਕਟਰ ਬਣੇ ਫਿਰਦੇ ਹਾਂ ਫਿਰ ਆਪਾਂ ਜੀ ਇੰਟਰਨੈਟ 'ਤੇ ਸਰਚ ਕਰਦੇ ਹਾਂ ਫਿਰ ਇੰਟਰਨੈਟ 'ਤੇ ਸਰਚ ਕਰਕੇ ਜਿਹੜੀਆਂ ਦਵਾਈਆਂ ਸਾਨੂੰ ਸਹੀ ਲੱਗਦੀਆਂ ਅਸੀਂ ਆਪਣੇ ਹਿਸਾਬ ਨਾਲ ਖਾ ਲੈਂਦੇ ਹਾਂ ਇੱਦਾਂ ਨਹੀਂ ਹੁੰਦਾ ਹਰ ਦਵਾਈ ਦਾ ਅਲੱਗ ਅਲੱਗ ਸਾਈਡ ਇਫੈਕਟ ਅਤੇ ਅਲੱਗ ਅਲੱਗ ਉਹਦੇ ਬੈਨੀਫਿਟ ਹੁੰਦੇ ਆ ਪਰ
ਸਾਡੇ ਟਾਈਮ ਤਾਂ ਕੁਛ ਨਹੀਂ, ਦੇਸੀ ਜਿਹੜੇ ਘਰੇਲੂ ਜੇ ਇਲਾਜ ਕਰ ਲੈਂਦੇ ਸੀ, ਮਿੰਟ 'ਚ ਠੀਕ ਹੋ ਜਾਂਦੇ ਸੀ. ਆਹ ਜਿਹੜੀਆਂ ਪੁੱਠੀਆਂ ਸਿੱਧੀਆਂ ਬਿਮਾਰੀਆਂ ਨੇ, ਇਹ ਤਾਂ ਸਾਡੇ ਕਦੇ ਪ੍ਰੇਸਤਿਆਂ ਨੂੰ ਵੀ ਨਹੀਂ ਪਤਾ. ਇਹੀ ਤਾਂ ਗੱਲ ਹੈ ਨਾ, ਮੈਂ ਵੀ ਜਦੋਂ ਤੁਹਾਡੀ ਗੱਲਾਂ ਸੁਣਦੀ ਹਾਂ ਨਾ, ਮੈਂ ਸੋਚਦੀ ਹਾਂ ਪੁਰਾਣਾ ਜ਼ਮਾਨਾ ਕਿੰਨਾ ਵਧੀਆ ਸੀ ਨਾ. ਉਦੋਂ ਕਿਉਂਕਿ ਮੰਮੀ 'ਚ ਪੋਲਿਊਸ਼ਨ ਘੱਟ ਹੁੰਦਾ ਸੀ, ਖੁਰਾਕਾਂ ਵਧੀਆ ਹੁੰਦੀਆਂ ਸੀ, ਪਾਣੀ ਸਾਫ਼ ਸੀਗਾ. ਅੱਜ ਕੱਲ੍ਹ ਸਾਰਾ ਕੁਛ ਤਾਂ ਖਰਾਬ ਹੁੰਦਾ ਜਾ ਰਿਹਾ, ਪਾਣੀ ਖਰਾਬ, ਹਵਾ ਖਰਾਬ, ਤਾਂ ਉਹਦੇ ਚੱਕਰ 'ਚ ਮੇਰੀ ਮੰਮੀ ਜੀ ਦਾ ਗਲਾ ਖਰਾਬ, ਮੇਰਾ ਗਲਾ ਖਰਾਬ, ਮੇਰੀ ਸਕਿਨ ਖਰਾਬ. ਮੈਂ ਹੈ ਨਾ, ਮੈਂ ਬੈਠੀ ਹਾਂ, ਘਰ ਦੇ ਕੰਮ ਵੀ ਤੁਸੀਂ ਕਰਨੇ ਹੁੰਦੇ ਆ, ਮੈਂ ਪੂਰਾ ਖਿਆਲ ਰੱਖੂੰਗੀ ਤੁਹਾਡਾ. ਇਹ ਤਾਂ ਤੇਰੀ ਗੱਲ ਪੱਕੀ ਹੈ, ਹੁਣ ਤੋਂ ਮੇਰਾ ਖਿਆਲ ਰੱਖੇਗੀ ਘਰ ਦੇ ਕੰਮ ਜੋ ਕਰਨੇ ਹੁੰਦੇ. ਨਾ, ਮੈਨੂੰ ਆਪਣੀ ਮੰਮੀ ਜੀ ਨਾਲ ਪਿਆਰ ਹੀ ਬਹੁਤ ਆ. ਕੋਈ ਗੱਲ ਨਹੀਂ, ਲੋਸ਼ਨ ਤਾਂ ਆਪਾਂ ਤੁਹਾਨੂੰ ਘੈਂਟ ਜਿਹਾ ਵਧੀਆ ਲਿਆ ਕੇ ਦੇਵਾਂਗੇ, ਬਸ ਸਕਿਨ ਵੀ ਵਧੀਆ ਹੋ ਜੇ ਅਤੇ ਗਲਾ ਵੀ ਠੀਕ ਹੋ ਜੇ. ਹੁਣ ਮੇਰੇ ਨਾਲ ਜਾਣਾ ਪਹਿਲਾਂ, ਮੈਨੂੰ ਪ੍ਰੋਮਿਸ ਕਰੋ. ਹਾਂ ਬੋਲਤਾ, ਚਲੋ ਮੈਂ ਪ੍ਰੋਮਿਸ ਕਰਦੀ ਹਾਂ ਭਾਈ ਤੇਰੇ ਨਾਲ ਜਾਊਂਗੀ, ਪਰ ਜਿਹੜੀ ਚੀਜ਼ ਤੋਂ ਮੈਂ ਡਰਦੀ ਹਾਂ ਉਹਦਾ ਮੇਰਾ ਥੋੜ੍ਹਾ ਜਿਹਾ ਧਿਆਨ ਰੱਖ. ਨਹੀਂ, ਟੈਸਟ ਤਾਂ ਕਰਾਉਣੇ ਪੈਣੇ, ਖੂਨ ਜਾ ਕੱਢਣਗੇ, ਮੈਨੂੰ ਦੁੱਖ ਬਹੁਤ ਲੱਗਦਾ ਹੈ. ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਸੋਚਿਓ ਕੀੜੀ ਨੇ ਵੱਢਿਆ. ਮੈਨੂੰ ਦਰਦ ਹੁੰਦਾ. ਚਲੋ ਕੋਈ ਗੱਲ ਨਹੀਂ, ਪਰ ਆਪਾਂ ਟੈਸਟ ਤਾਂ ਕਰਾਉਣੇ ਹੀ ਆ. ਚਲੋ ਤੁਸੀਂ ਤੁਸੀਂ ਦੱਸੋ ਤੁਸੀਂ ਕੀ ਖਾਣਾ, ਉਹ ਮੈਂ ਬਣਾ ਕੇ ਖਵਾਉਂਗੀ ਜੇ ਤੁਸੀਂ ਮੇਰੀ ਗੱਲ ਮੰਨ ਲਈ ਤਾਂ. ਪਰ ਉਹ ਐ ਨਹੀਂ ਵੀ ਖਾਲੀ ਖੁੱਲੀ ਜਾਣਾ, ਹਾਲੇ ਤਾਂ ਮੈਂ ਚਾਹ ਪੀਤੀ ਹੈ ਇਕੱਲੀ. ਨਾ ਨਾ, ਆਪਾਂ ਬਲੱਡ ਟੈਸਟ ਕਰਾ ਲੈਂਦੇ, ਪੁੱਛ ਲੈਂਦੇ ਡਾਕਟਰ ਨੂੰ, ਜੇ ਉਹ ਕਹਿਣਗੇ ਖਾਲੀ ਪੇਟ ਕਰਾਉਣਾ ਆ ਤੇ ਖਾਲੀ ਪੇਟ ਕਰਾ ਲਾਂਗੇ. ਅੱਛਾ ਨਾ, ਬਸ ਕੋਈ ਆਇਆ ਮੰਮੀ ਜੀ? ਜਾ ਦੇਖ, ਮੈਂ ਦੇਖ ਕੇ ਆਈ. ਉਹ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ. ਆਓ ਜੀ, ਆਓ. ਹਾਂਜੀ, ਨਮਸਕਾਰ ਡਾਕਟਰ ਸਾਹਿਬ. ਨਾ, ਵਾਇਰਸ ਦੇ ਚਲਦੇ ਹੋਏ ਅਸੀਂ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ, ਜੀ ਆਇਆਂ ਨੂੰ ਬੁਲਾਉਂਦੇ ਹਾਂ. ਨੇੜੇ ਲੱਗ ਕੇ ਜਾਂ ਹੱਥ ਮਿਲਾਉਣਾ ਸਹੀ ਨਹੀਂ ਹੈ. ਆਓ ਜੀ, ਆਓ, ਆਓ, ਬਸ ਬੈਠੋ ਫਿਰ. ਆਓ ਜੀ, ਆਓ. ਅੱਜ ਡਾਕਟਰ ਸਾਹਿਬ ਭੁੱਲੇ ਭਟਕੇ ਸਾਡੇ ਘਰ ਆ ਹੀ ਗਏ ਜੀ. ਆਇਆਂ ਨੂੰ ਸਰ ਸਾਡੇ ਘਰ ਦੇ ਵਿੱਚ. ਸਤਿ ਸ਼੍ਰੀ ਅਕਾਲ ਜੀ. ਕਿਵੇਂ ਦਾ ਲੱਗ ਰਿਹਾ ਸਾਡੇ ਕੋਲ ਆ ਕੇ ਡਾਕਟਰ ਸਾਹਿਬ? ਵਧੀਆ ਜੀ, ਤੁਹਾਡੇ ਕੋਲ ਆ ਕੇ ਕਿਹੋ ਜਿਹਾ ਲੱਗਦਾ? ਹਮੇਸ਼ਾ ਵਧੀਆ ਹੀ ਲੱਗਦਾ. ਸਾਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਤੁਹਾਡੇ ਕੋਲ ਅੱਜ. ਮੰਮੀ ਜੀ ਨੂੰ ਜ਼ਿਆਦਾ ਵਧੀਆ ਨਹੀਂ ਲੱਗ ਰਿਹਾ, ਪੁੱਛੋ ਕਿਉਂ? ਕੀ ਗੱਲ ਹੋ ਗਈ ਜੀ? ਹਾਂ, ਕਿਉਂਕਿ ਮੈਂ ਨਾ ਸਵੇਰ ਦੀ ਮੰਮੀ ਜੀ ਨੂੰ ਇੱਕ ਡਾਕਟਰ ਦੇ ਕੋਲ ਲੈ ਕੇ ਜਾਣਾ ਚਾਹੁੰਦੀ ਸੀ, ਅਤੇ ਮੈਂ ਨਾ ਇਹਨਾਂ ਨੂੰ ਬਹੁਤ ਵਾਰ ਕਿਹਾ ਚਲੋ ਚਲੋ ਚਲੋ, ਇਹ ਜਾ ਹੀ ਨਹੀਂ ਰਹੇ. ਸਵੇਰ ਦੀ ਗੱਲ 'ਚ ਖਾਰਿਸ਼ ਹੋ ਰਹੀ ਹੈ, ਦੁੱਖ ਰਿਹਾ, ਮੈਂ ਕਿਹਾ ਚੈੱਕ ਕਰਾ ਲਓ, ਕਹਿੰਦੇ ਮੈਨੂੰ ਕੁਛ ਨਹੀਂ ਹੋਇਆ, ਮੈਂ ਜਾਣਾ ਹੀ ਨਹੀਂ ਹੈ. ਤਾਂ ਡਾਕਟਰ ਸਾਹਿਬ ਤੁਸੀਂ ਆਪ ਦੱਸੋ, ਜਾਣਾ ਚਾਹੀਦਾ ਕਿ ਨਹੀਂ? ਜਿਵੇਂ ਮਾਹੌਲ ਹੈ ਜਾਣਾ ਚਾਹੀਦਾ, ਲੇਕਿਨ ਬਾਹਲਾ ਡਰ ਕੇ ਜਾਣ ਦੀ ਲੋੜ ਨਹੀਂ. ਨਹੀਂ, ਉਹ ਪਤਾ ਕਿਉਂ ਡਰ ਲੱਗਦਾ? ਵੀ ਡਾਕਟਰ ਦੇ ਕੋਲ ਜਾਓ, ਉਹ ਪਤਾ ਨਹੀਂ ਇੱਕ ਦੀ ਜਗ੍ਹਾ 10 ਬਿਮਾਰੀਆਂ ਹੋਰ ਕੱਢ ਦੂ, ਅਸਤਾ ਹੀ ਜਾਂਦੇ ਰਹਿੰਦੇ. ਮੈਂ ਸੱਚ ਬੋਲਦਾ. ਦੇਖੋ, ਸੱਚੀ ਗੱਲ ਤੁਸੀਂ ਬੋਲੀ, ਲੇਕਿਨ 10 ਆਪਣੇ ਵੱਲੋਂ ਥੋੜਾ ਦੇ ਦੂ, ਕਿ ਹੋਣਗੀਆਂ ਤਾਂ ਕੱਢ ਕੇ ਦੇ ਦੂਗਾ ਨਾ. ਕਈ ਵਾਰੀ ਤਾਂ ਇਹ ਹੁੰਦਾ, ਬਾਕੀ ਵਹਿਮ ਵੀ ਦੂਰ ਹੋ ਜਾਂਦਾ. ਵਹਿਮ ਤਾਂ ਦੂਰ ਹੁੰਦਾ, ਤੁਹਾਡੀ ਗੱਲ ਸੱਚੀ ਹੈ. ਕਈ ਵਾਰੀ ਇਹ ਵੀ ਹੁੰਦਾ ਵੀ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਤਾਂ ਚੱਲ ਚੱਲਦੀ ਰਹਿਣ ਦਿਓ ਗੱਡੀ. ਚਲੋ ਫਿਰ ਸਿਆਣਿਆਂ ਨੂੰ ਪਤਾ ਲੱਗਣ ਦਿਓ. ਨਹੀਂ, ਇਹਨਾਂ ਡਾਕਟਰ ਸਾਹਿਬ ਇੱਦਾਂ ਬਹੁਤ ਹੁੰਦਾ ਹੈ, ਆਮ ਲੋਕਾਂ ਨਾਲ ਤੁਸੀਂ ਜਦੋਂ ਮਿਲਦੇ ਹੋ, ਦੇਖਿਓ ਕਦੀ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਨਾ, ਉਹ ਡਰਦਾ ਜਾਂਦਾ ਹੀ ਨਹੀਂ, ਉਹਨੂੰ ਐਂ ਲੱਗਦਾ ਜੇ ਮੈਂ ਜਾਊਂਗਾ. ਮੰਮੀ ਜੀ ਦਾ ਵੇਖ ਲਓ, ਮੈਂ ਇੰਨੀ ਵਾਰ ਕਹਿਣ ਕਿ ਨਹੀਂ ਯਾਰ 10 ਹੋਰ ਨਿਕਲ, ਉਹ ਡਰ ਵਹਿਮ ਪੈ ਜਾਂਦਾ. ਇੱਦਾਂ ਮਿਲਦੇ ਹੋਣਗੀਆਂ ਤਾਂ ਪਤਾ ਲੱਗਣਗੀਆਂ, ਇਹ ਤਾਂ ਵੱਧ ਜਾਣਗੀ ਬਿਮਾਰੀ, ਵੱਧ ਜਾਣਗੀਆਂ ਨਾ. ਦੇਖੋ ਜੀ, ਕਬੂਤਰ ਅੱਖਾਂ ਮੀਚ ਲਊਗਾ ਤਾਂ ਬਿੱਲੀ ਤਾਂ ਨਹੀਂ ਭੱਜ ਜਾਣੀ. ਮੰਮੀ ਜੀ ਹੁਣ ਜਾਊਂਗੇ, ਜਿੰਨੀ ਛੇਤੀ ਪਤਾ ਲੱਗੂਗੀ ਉਨੀ ਜਲਦੀ ਟ੍ਰੀਟ ਹੋ ਜੂਗੀ. ਮੈਂ ਹੁਣ ਜਾਣਾ ਕਿ ਹੁਣ ਤਾਂ ਸਾਹਮਣੇ ਆ ਕੇ ਸਾਹਮਣੇ ਆ ਗਏ ਆਪਾਂ, ਨੇ ਤਾਂ ਲਿਖਾ ਲੈਣੀ ਦਵਾਈ ਤੁਹਾਡੀ, ਕਿਉਂਕਿ ਆਉਂਦਿਆਂ ਵੀ ਇਹਨਾਂ ਨੇ ਕਰੋਨਾ ਵਾਇਰਸ ਬਾਰੇ ਗੱਲ ਕਰੀ ਸੀਗੀ, ਤੇ ਉਹਦੇ ਬਾਰੇ ਤਾਂ ਜ਼ਰੂਰ ਸਾਨੂੰ ਦੱਸੋ, ਕਿਉਂਕਿ ਅੱਜ ਕੱਲ੍ਹ ਉਹਦੇ ਬਾਰੇ ਬਹੁਤ ਗੱਲਾਂ ਚੱਲ ਰਹੀਆਂ ਨੇ. ਦੇਖੋ, ਕਰੋਨਾ ਵਾਇਰਸ ਦੇ ਬਾਰੇ ਬਹੁਤਾ ਡਰਨ ਦੀ ਲੋੜ ਨਹੀਂ, ਪ੍ਰੀਕੌਸ਼ਨ ਦੀ ਲੋੜ ਜ਼ਰੂਰ ਹੈ. ਓਕੇ, ਇਹ ਕਰੋਨਾ ਵਾਇਰਸ ਚਾਈਨਾ ਤੋਂ ਆਇਆ ਹੈ. ਸਿਰਫ ਇਸ ਵਾਇਰਸ ਤੇ ਦੂਜੇ ਫਲੂ ਵਾਇਰਸ ਵਿੱਚ ਇੰਨਾ ਹੀ ਫਰਕ ਹੈ ਕਿ ਇਹ ਨਵਾਂ ਵਾਇਰਸ ਹੈ. ਪਹਿਲੇ ਸਿਰਫ ਐਨੀਮਲਸ ਵਿੱਚ ਹੁੰਦਾ ਸੀਗਾ, ਚਮਗਾਦੜਾਂ ਵਿੱਚੋਂ ਆਇਆ ਸੱਪ ਵਿੱਚ, ਫਿਰ ਸੱਪ ਤੋਂ, ਕਿਉਂਕਿ ਉੱਥੇ ਚਾਈਨਾ ਦੇ ਸੱਪ ਵੀ ਖਾਂਦੇ ਹੈ, ਚਮਗਾਦੜ ਵੀ ਖਾਂਦੇ ਹੈ, ਇੱਕੋ ਮਾਰਕੀਟ ਵਿੱਚ ਸਾਰੇ ਵਿਕਦੇ ਹੈ, ਤਾਂ ਉੱਥੋਂ ਇਹ ਵਾਇਰਸ ਨੇ ਆਦਮੀਆਂ ਨੂੰ ਫੜ ਲਿਆ. ਜਦੋਂ ਇੱਕ ਵਾਰੀ ਆਦਮੀਆਂ ਨੂੰ ਫੜ ਲਿਆ ਤੇ ਫਿਰ ਆਦਮੀਆਂ ਤੋਂ ਦੂਜੇ ਆਦਮੀਆਂ ਤੋਂ ਫੈਲਦਾ ਜਾਂਦਾ. ਇਹ ਫੈਲਦਾ ਜ਼ਿਆਦਾ ਹੈ ਬਾਕੀ ਫਲੂ ਦੇ ਮੁਕਾਬਲੇ ਦੇ ਵਿੱਚ, ਲੇਕਿਨ ਇਹਦੇ 'ਚ ਇੰਨੀ ਡਰਨ ਵਾਲੀ ਗੱਲ ਨਹੀਂ. ਜ਼ਿਆਦਾ ਇਹੀ ਰੌਲਾ ਹੈ ਕਿ ਇਮਿਊਨਿਟੀ ਨਹੀਂ ਹੈ, ਇਸ ਕਰਕੇ ਬਿਮਾਰੀ ਜ਼ਿਆਦਾ ਸਖਤ ਹੁੰਦੀ ਹੈ.
ਰਾਈਟ ਜ਼ਿਆਦਾ ਸਖਤ ਹੁੰਦੀ ਹੈ ਉਹਦੀ ਕੰਪਲਿਕੇਸ਼ਨਸ ਜ਼ਿਆਦਾ ਹੁੰਦੀਆਂ ਇਸ ਕਰਕੇ ਦੁਨੀਆ ਭਰ ਦੇ ਚ ਅਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਰਾਈਟ ਹਾਲ ਦੀ ਘੜੀ ਹਿੰਦੁਸਤਾਨ ਦੇ ਵਿੱਚ ਅਸੀਂ ਪ੍ਰੀਕੋਸ਼ਨ ਉਹਨਾਂ ਵਾਸਤੇ ਲੈਂਦੇ ਹਾਂ ਜਿਹੜੇ ਚਾਈਨਾ ਤੋਂ ਬੈਂਕਾਕ ਤੋਂ ਥਾਈਲੈਂਡ ਤੋਂ ਜਿਹੜੇ ਉਹਨਾਂ ਮੁਲਕਾਂ 'ਚੋਂ ਆਏ ਹੈ ਅਤੇ ਨਾਲ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਕਿ ਜਿਹੜੇ ਉਹਨਾਂ ਨੂੰ ਸਿਮਟਮ ਉਸ ਵਾਇਰਸ ਦੇ ਆਉਣ ਤਾਂ ਅਸੀਂ ਪ੍ਰੀਕੋਸ਼ਨ ਲੈਂਦੇ ਹਾਂ ਜਿਹੜੇ ਆਪਾਂ ਲੋਕਲ ਜ਼ੁਕਾਮ ਖਾਂਸੀ ਵਾਲੇ ਆ ਰਹੇ ਹਾਂ ਉਹਨਾਂ ਨੂੰ ਐਸਾ ਡਰਨ ਦੀ ਲੋੜ ਨਹੀਂ ਹੈ ਤੇ ਫਿਰ ਇਹਦੇ ਸਿੰਪਟਮਸ ਹੀ ਦੱਸੋ ਜੀ ਸੋ ਕਰੋਨਾ ਵਾਇਰਸ ਇਨਫੈਕਸ਼ਨ ਦੇ ਲੱਛਣ ਵੀ ਜਿਹੜੇ ਬਾਕੀ ਫਲੂ ਇਨਫੈਕਸ਼ਨ ਹੁੰਦੀ ਹੈ ਉਹਨਾਂ ਵਰਗੇ ਹੀ ਹੈ ਆਮ ਤੌਰ ਤੇ ਹੈਡੇਕ ਬੁਖਾਰ ਸੋਰ ਥਰੋਟ ਗਲਾ ਖਰਾਬ ਖੁਸ਼ਕੀ ਗਲੇ 'ਚ ਕਈ ਵਾਰੀ ਨੱਕ ਵੀ ਵਗਣ ਲੱਗ ਜਾਂਦਾ ਹੈ ਖਾਂਸੀ ਸੁੱਕੀ ਖੰਘ ਤੇ ਸੀਵੀਅਰ ਕੇਸਿਸ 'ਚ ਜਿਵੇਂ ਸਾਹ ਦੀ ਦਿੱਕਤ ਵੀ ਆਉਂਦੀ ਹੈ ਸੋ ਇਹ ਬਾਕੀ ਫਲੂ ਵਾਇਰਸਿਸ ਵਰਗੇ ਹੀ ਹੈ ਬਟ ਅਗਰ ਆਪਾਂ ਨੂੰ ਕੰਟੈਕਟ ਹੋਇਆ ਸਿਮਿਲਰ ਪੇਸ਼ੈਂਟ ਨਾਲ ਜਿਹਨੂੰ ਪਹਿਲਾਂ ਕਰੋਨਾ ਵਾਇਰਸ ਇਨਫੈਕਸ਼ਨ ਹੋਈ ਹੈ ਤਾਂ ਆਪਾਂ ਨੂੰ ਛੇਤੀ ਤੋਂ ਛੇਤੀ ਮੈਡੀਕਲ ਸਲਾਹ ਲੈਣੀ ਚਾਹੀਦੀ ਹੈ ਹਰ ਫਲੂ ਇਨਫੈਕਸ਼ਨ ਕਰੋਨਾ ਵਾਇਰਸ ਨਹੀਂ ਹੋ ਸਕਦੀ ਹਾਂ ਮਤਲਬ ਇਹ ਵੀ ਹੋ ਸਕਦਾ ਪਰ ਕੁਝ ਹੋਰ ਵੀ ਹੋ ਸਕਦਾ ਕੁਝ ਹੋਰ ਵੀ ਹੋ ਸਕਦਾ ਪਰ ਸਾਨੂੰ ਥੋੜਾ ਜਿਹਾ ਹੋ ਸਕਦਾ ਹਾਂ ਪਰ ਸਾਨੂੰ ਥੋੜਾ ਜਿਹਾ ਡਰ ਘੱਟ ਲੱਗ ਰਿਹਾ ਹਾਂ ਕਿਉਂਕਿ ਅਸੀਂ ਵੈਜੀਟੇਰੀਅਨ ਆ ਕਿਉਂਕਿ ਕਿਸੇ ਨੇ ਕਿਹਾ ਸੀ ਕਿ ਨਾਨ ਵੈਜ ਮਤਲਬ ਇਹ ਨਹੀਂ ਕਿ ਆਪਾਂ ਨੂੰ ਕਿਸੇ ਹੋਰ ਤੋਂ ਵੀ ਤਾਂ ਇਨਫੈਕਸ਼ਨ ਹੋ ਸਕਦੀ ਹੈ ਆਪਾਂ ਵੈਜੀਟੇਰੀਅਨ ਹੈ ਪਰ ਬਾਕੀ ਹੋਰ ਜਿਹੜੇ ਜਿਨ੍ਹਾਂ ਨੂੰ ਇਨਫੈਕਸ਼ਨ ਹੋਇਆ ਹੈ ਉਹ ਤੋਂ ਪਰ ਇਨਫੈਕਸ਼ਨ ਪਕੜ ਸਕਦੇ ਹਾਂ ਸੋ ਜੇ ਆਪਾਂ ਨੂੰ ਗਲਾ ਖਰਾਬ ਹੈ ਇਸ ਮੌਸਮ 'ਚ ਤੇ ਆਪਾਂ ਨੂੰ ਬੁਖਾਰ ਹੋ ਰਿਹਾ ਹੈ ਜਾਂ ਖਾਂਸੀ ਹੋ ਰਹੀ ਹੈ ਤਾਂ ਆਪਾਂ ਨੂੰ ਇੱਕ ਮੈਡੀਕਲ ਹੈਲਪ ਲੈਣੀ ਚਾਹੀਦੀ ਹੈ ਰਾਈਟ ਸੋ ਵੈਜੀਟੇਰੀਅਨ ਇਹ ਨਾ ਸੋਚਣ ਕਿ ਤੁਹਾਨੂੰ ਨਹੀਂ ਹੋ ਸਕਦਾ ਤੁਹਾਨੂੰ ਕਿਸੇ ਤੋਂ ਹੋ ਸਕਦਾ ਡਾਕਟਰ ਸਾਹਿਬ ਜਿੱਦਾਂ ਇਹ ਜਿਹੜਾ ਫਲੂ ਹੈ ਵੀ ਹੱਥ ਮਿਲਾਉਣਾ ਜਾਂ ਜੱਫੀ ਪਾਉਣਾ ਇਹਦੇ ਨਾਲ ਵੀ ਹੋ ਸਕਦਾ ਕੋਈ ਡਰ ਵਾਲੀ ਗੱਲ ਹੈ ਹਰ ਇਨਫੈਕਸ਼ਸ ਡਿਜ਼ੀਜ਼ ਦੇ ਵਿੱਚ ਹੁੰਦਾ ਹੈ ਕਿ ਜਿਹੜੀ ਇਨਫੈਕਸ਼ਨ ਹੈ ਜਦ ਅਸੀਂ ਖੰਘਦੇ ਹਾਂ ਤਾਂ ਅਸੀਂ ਖੰਘ ਨਾਲ ਉਹ ਵਾਇਰਸ ਬਾਹਰ ਆਉਂਦਾ ਹਰ ਵਾਇਰਸ ਦਾ ਡਿਸਟੈਂਸ ਹੁੰਦਾ ਕਿ ਕਿੰਨੇ ਡਿਸਟੈਂਸ ਤੱਕ ਉਹ ਜਾ ਸਕਦਾ ਇਸੇ ਲਈ ਸਭ ਨੂੰ ਕਿਹਾ ਜਾਂਦਾ ਕਿ ਮੂੰਹ ਦੇ ਅੱਗੇ ਰੁਮਾਲ ਰੱਖੋ ਕੱਪੜਾ ਰੱਖੋ ਅਗਰ ਨੈਪਕਿਨ ਨਹੀਂ ਹੈ ਤਾਂ ਕਮ ਸੇ ਕਮ ਬਾਹੀਂ ਐਂ ਕਰਕੇ ਕਰ ਲਓ ਤਾਂ ਕਿ ਇਨਫੈਕਸ਼ਨ ਦੂਰ ਤੱਕ ਨਾ ਜਾਵੇ ਲੇਕਿਨ ਇਹ ਖਾਲੀ ਖਾਂਸੀ ਤਾਂ ਉਹਦੇ ਨਾਲ ਨਹੀਂ ਜਾਂਦੀ ਜੇ ਤੁਹਾਡੀ ਬਾਂਹ 'ਤੇ ਆ ਗਿਆ ਤਾਂ ਤੁਹਾਡੀ ਬਾਂਹ ਕਿੱਥੇ ਰੱਖੀ ਗਈ ਤਾਂ ਉਸ ਸਰਫੇਸ 'ਤੇ ਵੀ ਵਾਇਰਸ ਚਲਾ ਜਾਏਗਾ ਅਤੇ ਉਸ ਸਰਫੇਸ ਨੂੰ ਜੇ ਕੋਈ ਹੋਰ ਬੰਦਾ ਹੱਥ ਲਾ ਕੇ ਉਹ ਹੱਥ ਆਪਣੀ ਅੱਖ ਨੂੰ ਲਾ ਲਏਗਾ ਜਾਂ ਨੱਕ ਨੂੰ ਲਾ ਲਏਗਾ ਜਾਂ ਮੂੰਹ ਨੂੰ ਲਾ ਲਏਗਾ ਤਾਂ ਉੱਥੋਂ ਵੀ ਇਨਫੈਕਸ਼ਨ ਅੰਦਰ ਜਾ ਸਕਦੀ ਹੈ ਇਸ ਕਰਕੇ ਸਭ ਤੋਂ ਸੌਖਾ ਅਤੇ ਚੰਗਾ ਇਤਿਹਾਸ ਇਹ ਹੈ ਕਿ ਬਾਰ ਬਾਰ ਹੱਥ ਧੋਵੋ ਜਿਸ ਨੂੰ ਮਰਜ਼ੀ ਟੱਚ ਕਰ ਲਿਆ ਉਸ ਤੋਂ ਬਾਅਦ ਹੱਥ ਧੋ ਕੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰੋ ਜੇ ਹਰ ਜਗ੍ਹਾ ਪਾਣੀ ਨਹੀਂ ਅਵੇਲੇਬਲ ਤਾਂ ਅੱਜ ਕੱਲ੍ਹ ਉਹ ਸੈਨੇਟਾਈਜ਼ਰ ਯੂਜ਼ ਕਰੋ ਉਹਦੇ ਨਾਲ ਤਾਂ ਕਿ ਹੱਥ ਸਾਫ਼ ਕਰੋ ਦੂਜਾ ਪ੍ਰੀਕੋਸ਼ਨ ਇਹ ਹੈ ਕਿ ਜਿਸ ਮਰੀਜ਼ ਨੂੰ ਹੋਵੇ ਉਹਦੇ ਲਾਗੇ ਬਹੁਤਾ ਨਾ ਲੱਗੋ ਦੂਰ ਰਹੋ ਡਿਸਟੈਂਸ ਰੱਖੋ ਸੇਵਾ ਕਰੋ ਉਹਦੀ ਲੇਕਿਨ ਪ੍ਰੀਕੋਸ਼ਨਸ ਦੇ ਨਾਲ ਆਪਣੀ ਪ੍ਰੋਟੈਕਸ਼ਨ ਵੀ ਨਾਲ ਕਰਕੇ ਹਾਂ ਮੈਂ ਉਹੀ ਗੱਲ ਕਰਨ ਲੱਗੀ ਸੀ ਵੀ ਹੁਣ ਜਦੋਂ ਘਰ ਦੇ ਵਿੱਚ ਪੇਸ਼ੈਂਟ ਆ ਉਹਦਾ ਧਿਆਨ ਵੀ ਰੱਖਣਾ ਹੈ ਤਾਂ ਉਹ ਕਿੱਦਾਂ ਕਿੱਦਾਂ ਨਹੀਂ ਹਨਾ ਜੇ ਮਰੀਜ਼ ਨੂੰ ਕਿਸੇ ਨੂੰ ਖਾਂਸੀ ਹੈ ਘਰ ਦੇ ਸਦੱਸੀ ਨੂੰ ਕਿਸੇ ਨੂੰ ਖਾਂਸੀ ਹੈ ਫਲੂ ਇਨਫੈਕਸ਼ਨ ਹੈ ਤਾਂ ਉਹ ਤਾਂ ਐ ਨਹੀਂ ਕਿ ਆਪਾਂ ਉਥੋਂ ਉਹਨੂੰ ਘਰੋਂ ਬਾਹਰ ਹੀ ਕੱਢਣਾ ਜਾਂ ਆਪਾਂ ਘਰੋਂ ਬਾਹਰ ਆਪ ਨਿਕਲ ਜਾਣਾ ਉਹਦਾ ਉਹਨੂੰ ਦੱਸ ਸਕਦੇ ਹਾਂ ਕਿ ਜੇ ਖੰਘ ਆਉਂਦੀ ਹੈ ਤਾਂ ਨੈਪਕਿਨ ਯੂਜ਼ ਕਰੇ ਅਤੇ ਉਸਨੂੰ ਪ੍ਰੋਪਰਲੀ ਡਿਸਕਾਰਡ ਕਰੇ ਤਾਂ ਆਪਾਂ ਉਸ ਤੋਂ ਥੋੜ੍ਹਾ ਜਿਹਾ ਡਿਸਟੈਂਸ ਮੇਨਟੇਨ ਕਰਕੇ ਰੱਖ ਸਕਦੇ ਹਾਂ ਆਪਣੇ ਆਪਣੀ ਇਨਫੈਕਸ਼ਨ ਤੋਂ ਬਚਾਉਣ ਵਾਸਤੇ ਦੂਸਰਾ ਉਹਦਾ ਖਾਣ ਪੀਣ ਦਾ ਧਿਆਨ ਰੱਖ ਸਕਦੇ ਹਾਂ ਤਾਂ ਕਿ ਉਹਨੂੰ ਮੋਰ ਲਿਕੁਇਡ ਜਾਂ ਜਿਸ ਤਰ੍ਹਾਂ ਦਾ ਚੰਗਾ ਖਾਣਾ ਪੀਣਾ ਦੇ ਸਕੀਏ ਤਾਂ ਕਿ ਜਲਦੀ ਤੋਂ ਜਲਦੀ ਉਹਦੀ ਇਨਫੈਕਸ਼ਨ ਠੀਕ ਹੋ ਜਾਏ ਅਤੇ ਬਾਕੀ ਜੇ ਆਪਾਂ ਨੂੰ ਖੁਦ ਨੂੰ ਸਿਮਟਮ ਡਿਵੈਲਪ ਹੁੰਦੇ ਹੈ ਸਿਮਿਲਰ ਕੌਫ ਦੇ ਤਾਂ ਆਪਾਂ ਨੂੰ ਵੀ ਦੁਬਾਰਾ ਸਕ੍ਰੀਨਿੰਗ ਕਰਾਉਣੀ ਚਾਹੀਦੀ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ ਕਿ ਆਪਾਂ ਨੂੰ ਸਿਮਿਲਰ ਫਲੂ ਇਨਫੈਕਸ਼ਨ ਹੋਇਆ ਕਿ ਜ਼ਿਆਦਾਤਰ ਕੋਈ ਵੀ ਜਦੋਂ ਬਿਮਾਰੀ ਆ ਜਾਂਦੀ ਹੈ ਤਾਂ ਜਿਹੜਾ ਪੇਸ਼ੈਂਟ ਹੈ ਉਹ ਪਹਿਲਾਂ ਹੀ ਆਪਣੀ ਢੇਰੀ ਢਾ ਜਾਂਦਾ ਵੀ ਮੈਨੂੰ ਇਹ ਹੋ ਗਿਆ ਪਤਾ ਨਹੀਂ ਹੁਣ ਮੈਨੂੰ ਕੀ ਹੋ ਜੂ ਮੈਂ ਬਚੂੰਗਾ ਜਾਂ ਨਹੀਂ ਬਚੂੰਗਾ ਇੱਥੇ ਤੱਕ ਵੀ ਬੰਦਾ ਸੋਚ ਲੈਂਦਾ ਪਰ ਸਾਰੇ ਮਤਲਬ ਤੁਸੀਂ ਸਾਨੂੰ ਥੋੜ੍ਹਾ ਜਿਹਾ ਇਹ ਵੀ ਦੱਸੋ ਵੀ ਚਲੋ ਜੇ ਹੁਣ ਹੋ ਹੀ ਗਿਆ ਤਾਂ ਉਹ ਸਰਵਾਈਵ ਕਰ ਸਕਦਾ ਕਦੋਂ ਤੱਕ ਕਰ ਸਕਦਾ ਕਿੰਨੇ ਕੁ ਦਿਨ ਉਹਨੂੰ ਤੁਸੀਂ ਬਹੁਤ ਸਹੀ ਸਵਾਲ ਪੁੱਛਿਆ ਜੀ ਹਾਂ
ਇੰਨੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਜਿਵੇਂ ਬਾਕੀ ਵਾਇਰਸ 'ਚ ਇਨਫੈਕਸ਼ਨ 'ਚ ਮੋਰਟੈਲਿਟੀ ਜਾਂ ਡੈਥ ਹੁੰਦੀ ਹੈ ਇਹਦੇ ਵਿੱਚ ਵੀ ਓਨੀ ਕੀ ਹੈ ਕੋਈ ਥੋੜ੍ਹੀ ਬਹੁਤ 1-2% ਜ਼ਿਆਦਾ ਹੈ ਇਹ ਨਹੀਂ ਕਿ ਜੇ ਕਰੋਨਾ ਵਾਇਰਸ ਹੋ ਗਿਆ ਤਾਂ ਡੈਥ ਕਨਫਰਮ ਹੋ ਗਈ ਐਸੀ ਕੋਈ ਗੱਲ ਨਹੀਂ ਹੈਗੀ ਇਟ ਕੈਨ ਵੇਰੀ ਫਰੋਮ ਮਾਈਲਡ ਫਾਰਮ ਟੂ ਸੀਵੀਅਰ ਫਾਰਮ ਸੋ ਕਿਹਨੂੰ ਮਾਈਲਡ ਫਾਰਮ ਹੋਏਗਾ ਕਿਹਨੂੰ ਸੀਵੀਅਰ ਫਾਰਮ ਹੋਏਗਾ ਇਹ ਡਿਪੈਂਡ ਕਰਦਾ ਹੈ ਸੋ ਕਰੋਨਾ ਵਾਇਰਸ ਦੀ ਇਨਫੈਕਸ਼ਨ ਡਜ਼ ਨਾਟ ਮੀਨ ਕਿ ਡਰਨ ਦੀ ਲੋੜ ਨਹੀਂ ਹੈ ਕਹਿੰਦਾ ਵੀ ਮੈਂ ਤਾਂ ਗਿਆ ਵਾ ਹਾਂ ਐਸੀ ਕੋਈ ਗੱਲ ਨਹੀਂ ਉਹ ਮੈਡੀਕਲ ਹੈਲਪ ਲੋ ਬਸ ਇਮੀਡੀਏਟਲੀ ਦੂਜਾ ਹਰ ਮਰੀਜ਼ ਨੂੰ ਹਸਪਤਾਲ 'ਚ ਦਾਖਲ ਦੀ ਵੀ ਲੋੜ ਨਹੀਂ ਅੱਜ ਵੀ ਜਿਹੜੀ ਸਾਡੀ ਗਾਈਡਲਾਈਨਸ ਨੇ ਉਹ ਇਹ ਦੱਸਦੀਆਂ ਕਿ ਜੇ ਬੰਦਾ ਕੋਈ ਅੱਜ ਚਾਈਨਾ ਤੋਂ ਜਾਂ ਇਹਨਾਂ ਕੰਟਰੀਜ਼ ਤੋਂ ਆ ਗਿਆ ਤਾਂ ਉਹਨੂੰ ਲੱਛਣ ਹੈਗੇ ਨੇ ਜ਼ੁਕਾਮ ਖਾਂਸੀ ਹੋਇਆ ਸਿਰਫ ਹਾਲੇ ਨਮੋਨੀਆ ਵਾਲੀ ਸਟੇਜ ਨਹੀਂ ਪਹੁੰਚੀ ਤਾਂ ਉਹਨੂੰ ਉਹਦੇ ਘਰੇ ਹੀ 2 ਹਫ਼ਤੇ ਲਈ ਆਈਸੋਲੇਸ਼ਨ 'ਚ ਰੱਖਣਾ ਹੁੰਦਾ ਕਿ 2 ਹਫ਼ਤੇ ਲਈ ਉਹ ਬਾਹਰ ਅੰਦਰ ਨਾ ਜਾਵੇ ਤਾਂ ਕਿ ਉਹ ਇਨਫੈਕਸ਼ਨ ਕਿਸੇ ਹੋਰ ਨੂੰ ਸਪ੍ਰੈਡ ਨਾ ਹੋਵੇ ਜੇ ਉਸ 2 ਹਫ਼ਤੇ ਦੇ ਦੌਰਾਨ ਉਹਨੂੰ ਸਾਹ ਦੀ ਦਿੱਕਤ ਹੁੰਦੀ ਹੈ ਜਿਹੜੇ ਕਿ ਸਾਈਨ ਹੁੰਦਾ ਕਿ ਸ਼ਾਇਦ ਉਹਨੂੰ ਨਮੂਨੀਆ ਡਿਵੈਲਪ ਹੋ ਰਿਹਾ ਤਾਂ ਉਸ ਸਟੇਜ ਤੇ ਹਸਪਤਾਲ ਆਉਣਾ ਹੁੰਦਾ ਜਦੋਂ ਕਿ ਹਸਪਤਾਲ ਦੇ ਵਿੱਚ ਵੀ ਉਹਨੂੰ ਆਈਸੋਲੇਸ਼ਨ ਰੂਮ 'ਚ ਰੱਖਿਆ ਜਾਂਦਾ ਜਿੰਨੇ ਮਰੀਜ਼ਾਂ ਨੂੰ ਕਰੋਨਾ ਵਾਇਰਸ ਹੋਏਗਾ ਉਹਦੇ 'ਚ ਸਿਰਫ 30% ਨੂੰ ਸਿਰਫ ਨਮੂਨੀਆ ਹੋਏਗਾ ਅਤੇ ਉਹਨਾਂ ਦੇ ਵਿੱਚੋਂ ਜਿੰਨਿਆਂ ਸਭ ਨੂੰ ਹੋਏਗਾ ਸਿਰਫ 3% ਲੋਕ ਨੇ ਜਿਨ੍ਹਾਂ ਨੂੰ ਮੌਤ ਦਾ ਖਤਰਾ ਹੁੰਦਾ ਸੋ ਇਸ ਕਰਕੇ ਇਹਦਾ ਜ਼ਿਆਦਾ ਡਰ ਇਸ ਲਈ ਹੈ ਕਿ ਬਹੁਤ ਲੋਕ ਇਨਫੈਕਟ ਨਾ ਹੋ ਜਾਣ ਇਸ ਕਰਕੇ ਇੰਨੇ WHO ਵੱਲੋਂ ਵੀ ਇੰਡੀਅਨ ਗਵਰਨਮੈਂਟ ਵੱਲੋਂ ਵੀ ਸਾਰੇ ਵਰਲਡ ਵੱਲੋਂ ਪ੍ਰੀਕੋਸ਼ਨਸ ਆ ਰਹੀ ਹੈ ਕਿ ਇਹਦਾ ਡਰ ਹੈ ਕਿ ਜਿਸ ਤਰੀਕੇ ਨਾਲ ਇਹ ਰੈਪਿਡਲੀ ਫੈਲਦਾ ਇਹ ਬਹੁਤ ਜ਼ਿਆਦਾ ਪਾਪੂਲੇਸ਼ਨ ਨੂੰ ਇਫੈਕਟ ਕਰ ਸਕਦਾ ਹਜ਼ਾਰ ਜਨਤਾ ਇਨਫੈਕਟ ਹੋ ਚੁੱਕੀ ਹੈ ਲੇਟੈਸਟ ਜਨਤਾ ਟੋਟਲ ਵਰਲਡ ਵਾਈਡ ਜਿਨ੍ਹਾਂ ਚੋਂ ਹਜੇ ਸਿਰਫ 500 ਜੋ ਹੈ ਦੱਸਿਆ ਗਿਆ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਹਾਂਜੀ ਓਕੇ ਦੈਟ ਇਜ਼ ਦ ਟੋਟਲ ਵਰਲਡ ਡਾਟਾ ਤੁਸੀਂ ਮੈਂ ਨਾ ਵਿੱਚ ਗੱਲਾਂ ਸੁਣ ਸੁਣ ਕੇ ਸੀਰੀਅਸ ਹੋ ਰਹੀ ਸੀ ਪਰ ਮੈਂ ਹੁਣ ਥੋੜਾ ਜਿਹਾ ਨਾ ਆਪਣੇ ਹਿਸਾਬ ਦੀ ਗੱਲ ਕਰੂੰਗੀ ਮੈਨੂੰ ਹੁਣ ਪਤਾ ਤਾਂ ਲੱਗ ਗਿਆ ਡਾਕਟਰ ਸਾਹਿਬ ਕਹਿੰਦੇ ਨਾ ਕਿ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਆ ਦਿਲ 'ਚੋਂ ਹਮੇਸ਼ਾ ਸੱਚੀ ਆਵਾਜ਼ ਆਉਂਦੀ ਹੈ ਜਦੋਂ ਤੁਸੀਂ ਕਿਸੇ ਦਾ ਦਿਲ ਚੈੱਕ ਕਰਦੇ ਹੋ ਅਤੇ ਮੰਨ ਲਓ ਉਹ ਬੰਦਾ ਸਿੰਗਰ ਹੈ ਹੈ ਨਾ ਗਾਉਂਦਾ ਬਹੁਤ ਹੈ ਅਤੇ ਜਦੋਂ ਤੁਸੀਂ ਆਪਣਾ ਸਟੈਥੋਸਕੋਪ ਲਾਉਂਦੇ ਹੋ ਤਾਂ ਤੁਹਾਨੂੰ ਗਾਣੇ ਸੁਣਦੇ ਆ ਧੜਕਣ ਸਾਨੂੰ ਤਾਂ ਹਰੇਕ ਦੇ ਧੜਕਣ 'ਚ ਗਾਣੇ ਸੁਣਦੇ ਆ ਉਹ ਗਾਣਾ ਗਾਵੇ ਨਾ ਗਾਵੇ ਅਸੀਂ ਤਾਂ ਉਸੇ ਦੀ ਗਾਣੇ ਦੀ ਟਿਊਨ ਕਿਹੋ ਜਿਹੀ ਡਿਫਰੈਂਟ ਹੈ ਉਸੇ ਤੋਂ ਹੀ ਡਾਇਗਨੋਸਿਸ ਬਣਾਉਂਦੇ ਹਾਂ ਕਿ ਇਹਦੇ ਹਾਰਟ 'ਚ ਆਹ ਨੁਕਸ ਹੈ ਜਾਂ ਨਹੀਂ ਹੈ ਹਰ ਹਾਰਟ ਦੇ ਵਿੱਚ ਗਾਣਾ ਤਾਂ ਨਿਕਲਦਾ ਹੀ ਹੈ ਕਿ ਧੀਰੇ ਧੀਰੇ ਚੱਲ ਰਿਹਾ ਜਾਂ ਫਿਰ ਬਹੁਤ ਤੇਜ਼ ਚੱਲ ਰਿਹਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਮੇਰੇ ਜਿਵੇਂ ਦਿਮਾਗ ਸੀ ਇੱਕ ਤੁਸੀਂ ਨਾ ਲਿਖਦੇ ਹੁੰਦੇ ਹੋ ਦਵਾਈਆਂ ਲਿਖਦੇ ਹੋ ਪੇਸ਼ੈਂਟ ਨੂੰ ਦੇਖ ਕੇ ਦਵਾਈ ਲਿਖ ਦਿੰਦੇ ਹੋ ਹੈ ਨਾ ਤਾਂ ਵੀ ਉਹ ਤੁਸੀਂ ਉਹ ਕਿਹੜੀ ਭਾਸ਼ਾ ਲਿਖਦੇ ਹੋ ਵੀ ਉਹ ਮਰੀਜ਼ ਨੂੰ ਬਿਲਕੁਲ ਸਮਝ ਨਾ ਆਵੇ ਕਿ ਸਾਨੂੰ ਵੀ ਸਮਝ ਨਾ ਆਵੇ ਐਂ ਲੁਕੋ ਕੇ ਰੱਖਦੇ ਇਹਦਾ ਕੋਈ ਕਾਰਨ ਹੈ ਸਪੈਸ਼ਲ ਇਹਦਾ ਕੋਈ ਕੀ ਕਾਰਨ ਹੈ ਦੇਖੋ ਜੀ ਇਹ ਕਾਰਨ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਸੋ ਉਹ ਕੰਪਾਊਂਡਰ ਨੂੰ ਹੀ ਪਤਾ ਹੁੰਦਾ ਸੀਗਾ ਜਿਹੜੀ ਘੁੱਗੀ ਮਾਰੀ ਹੈ ਇਹਦਾ ਕੀ ਮਤਲਬ ਹੈ ਤਾਂ ਉਹ ਉਹਨੂੰ ਉਹ ਦਵਾਈ ਦੇ ਦੇਵੇ ਹਾਂ ਅੱਜ ਜ਼ਮਾਨੇ ਬਦਲ ਗਏ ਅੱਜ ਡਾਕਟਰ ਨਾ ਕੰਪਾਊਂਡਰ ਰੱਖ ਕੇ ਉਹ ਜਿਹੀ ਦਵਾਈਆਂ ਦਿੰਦੇ ਆ ਇਸ ਕਰਕੇ ਹੁਣ ਤਾਂ IMA ਨੇ ਤੇ ਕੋਰਟ ਨੇ ਵੀ ਇਹ ਰੂਲ ਪਾਸ ਕਰਤਾ ਕਿ ਸਾਰੇ ਡਾਕਟਰ ਕੈਪੀਟਲ ਲੈਟਰਸ ਦੇ ਵਿੱਚ ਦਵਾਈ ਲਿਖਣਗੇ ਤੇ ਜ਼ਿਆਦਾ ਵੱਡੇ ਹਸਪਤਾਲਾਂ 'ਚ ਸਾਰੀ ਕੰਪਿਊਟਰ ਤੇ ਟਾਈਪ ਹੋ ਕੇ ਨਿਕਲ ਦਵਾਈਆਂ ਨਿਕਲ ਸੋ ਉਹ ਰੌਲਾ ਹੁਣ ਗਿਆ ਅੱਛਾ ਉਹ ਚਲੋ ਉਹ ਮੈਂ ਗੱਲ ਤੁਹਾਡੀ ਸੁਣਦੀ ਹਾਂ ਪਰ ਜਿਹੜੀ ਉਹ ਭਾਸ਼ਾ ਸੀ ਉਹ ਮਤਲਬ ਡਾਕਟਰ ਦੇ ਲਈ ਫਿਰ ਕਿਤੇ ਟ੍ਰੇਨਿੰਗ ਲੈਣੀ ਪੈਂਦੀ ਵੀ ਉਹਨੇ ਉਹੀ ਭਾਸ਼ਾ ਕਿਉਂਕਿ ਸਾਨੂੰ ਤਾਂ ਅਸੀਂ ਤਾਂ ਕਿਤੇ ਸਕੂਲਾਂ 'ਚ ਪੜ੍ਹਿਆ ਨਾ ਕਿਤੇ ਉਹ ABC ਅਸੀਂ ਤਾਂ ਇਹੋ ਜਿਹਾ ਕਿਤੇ ਪੜ੍ਹੇ ਹੀ ਨਹੀਂ ਇਹਦਾ ਵੱਖਰਾ ਸਕੂਲ ਹੈ ਕੋਈ ਸਕੂਲ ਤਾਂ ਹੋਊਗਾ ਪੜ੍ਹਿਆ ਤਾਂ ਡਾਕਟਰਾਂ ਨੇ ਵੀ ਕਿਸੇ ਸਕੂਲ 'ਚ ਨਹੀਂ ਸੀ ਫਿਰ ਸਾਨੂੰ ਸਾਰੇ ਹੌਲੇ ਹੌਲੇ ਟ੍ਰੇਨਿੰਗ ਨਾਲ ਆਦਤ ਬਣੀ ਜਾਂਦੀ ਸੀ ਤੇ ਇੱਕ ਨਾ ਮਿੱਠੇ ਦਾ ਬਹੁਤ ਜੀ ਹੁੰਦਾ ਲੋਕਾਂ ਨੂੰ ਮੇਰੇ ਮੰਮੀ ਜੀ ਦਾ ਤਾਂ ਬੁਰਾ ਹਾਲ ਹੈ ਮਿੱਠਾ ਛੱਡ ਹੀ ਨਹੀਂ ਸਕਦੇ ਮਿੱਠਾ ਦੇਖਿਆ ਜਲੇਬੀਆਂ ਦੇਖਿਆ ਤੇ ਬਸ ਟੁੱਟ ਪਏ ਫਿਰ ਕਹਿਣਗੇ ਮੇਰਾ ਭਾਰ ਵੱਧਦਾ ਜਾਂਦਾ ਦੇਖੋ ਇਹਦਾ ਇਲਾਜ ਐਡਾ ਔਖਾ ਨਹੀਂ ਹੈ ਬਾਕੀ ਐਡਿਕਸ਼ਨਸ
ਨਸ਼ਾ ਮੁਕਤੀ ਤੋੜਨਾ ਮੁਸ਼ਕਲ ਕੰਮ ਹੈ, ਲੇਕਿਨ ਇਹ ਜਿਹੜੀ ਮਿੱਠੇ ਵਾਲੀ ਤੁਹਾਡੀ ਪ੍ਰੋਬਲਮ ਹੈ ਇਹਦਾ ਸੋਲੂਸ਼ਨ ਦੇ ਦਿੰਦੇ ਹਾਂ ਤੁਹਾਨੂੰ ਅਸੀਂ। ਇੱਕ ਬਜਾਏ ਚੀਨੀ ਖਾਣ ਦੇ ਜੇ ਤੁਸੀਂ ਸਟੀਵੀਆ ਖਾਓ ਉਹਦੀ ਜਗ੍ਹਾ, ਆਪਣੇ ਘਰੇ ਮਿੱਠੀ ਚੀਜ਼ਾਂ ਬਣਾਓ, ਸਟੀਵੀਆ ਪਾ ਕੇ ਬਣਾਓ। ਪਹਿਲੇ ਆਉਂਦੀ ਸੀ ਆਰਟੀਫਿਸ਼ਲ ਸ਼ੂਗਰ ਜਿਹਨੂੰ ਕਹਿੰਦੇ ਸੀਗੇ ਸ਼ੂਗਰ ਫ੍ਰੀ, ਉਹਦੇ ਤਾਂ ਨੁਕਸਾਨ ਮੰਨੇ ਜਾਂਦੇ ਸੀਗੇ। ਹੁਣ ਇਹ ਜਿਹੜੀ ਸਟੀਵੀਆ ਆ ਗਈ ਹੈ ਇਹਦੇ ਨਾਲ ਮਿੱਠਾ ਪੂਰਾ ਲੱਗੇਗਾ ਤੁਹਾਡੀ ਜਿਭ ਨੂੰ, ਲੇਕਿਨ ਸ਼ੂਗਰ ਨਹੀਂ ਜਾਏਗੀ, ਕੈਲੋਰੀਜ਼ ਨਹੀਂ ਜਾਣਗੀਆਂ, ਮੋਟਾਪਾ ਨਹੀਂ ਜਾਏਗਾ। ਸੋ ਤੁਹਾਡੀ ਪ੍ਰੋਬਲਮ ਦਾ ਤਾਂ ਸੌਖਾ ਸੋਲੂਸ਼ਨ ਹੈ। ਤੇ ਮੰਮੀ ਜੀ ਤੁਹਾਨੂੰ ਹੁਣ ਕਿੱਦਾਂ ਲੱਗ ਰਿਹਾ ਜਰਾ ਇਹਨਾਂ ਨਾਲ ਮਿਲ ਕੇ ਦੱਸੋ? ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ। ਅੱਛਾ, ਖਾਂਸੀ ਮਿੱਠੇ ਵਰਗਾ? ਹਾਂ, ਸਟੀਵੀਆ ਵਰਗਾ, ਸਟੀਵੀਆ ਵਰਗਾ, ਸਟੀਵੀਆ ਵਰਗਾ। ਗਲਾ ਗੋਲਾ ਠੀਕ ਹੈ? ਫਿਰ ਠੀਕ ਹੈ, ਜਾਂਦੇ ਜਾਂਦੇ ਨਾ ਤੁਸੀਂ ਗੱਲਾਂ ਠੀਕ ਹੋ ਗਿਆ? ਹਾਂ, ਜਾਂਦੇ ਜਾਂਦੇ ਤੱਕ ਤੁਸੀਂ ਗਲਾ ਵੀ ਠੀਕ ਕਰਤਾ ਮੰਮੀ ਜੀ ਦਾ। ਤੇ ਸਰ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਫਿਰ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਮਿਲ ਕੇ ਸਭ ਨੂੰ। ਸਾਨੂੰ ਵੀ ਜੀ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਕੁਝ ਚੀਜ਼ਾਂ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਪਤਾ ਹੁੰਦੀਆਂ, ਜੇ ਮੈਂ ਇਹ ਕਹਾਂ ਕਿ ਇੰਨੀ ਵਧੀਆ ਤੁਹਾਡੇ ਤੋਂ ਸਾਨੂੰ ਨੌਲੇਜ ਮਿਲੀ ਹੈ। ਅੱਜ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ ਕਿ ਤੁਸੀਂ ਸਾਡੇ ਘਰ ਆਏ ਹੋ, ਸਾਨੂੰ ਬਹੁਤ ਖੁਸ਼ੀ ਹੈ। ਪਰ ਸਾਨੂੰ ਲੱਗ ਨਹੀਂ ਰਿਹਾ ਕਿਸੇ ਪੰਜਾਬੀਆਂ ਦੇ ਘਰ ਆਏ ਹਾਂ, ਨਾ ਕੋਈ ਖਾਣ ਨੂੰ ਨਾ ਕੋਈ ਪੀਣ ਨੂੰ। ਇਹ ਕੀ ਹੈ ਤੁਸੀਂ? ਨਹੀਂ 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 ਨਹੀਂ, ਇਹ ਤੁਸੀਂ ਤਾਨਾ ਮਾਰਤਾ, ਪਰ ਤੁਸੀਂ ਹਲੇ ਦੇਖਿਆ ਨਹੀਂ। ਤੁਸੀਂ ਕਿਹਾ ਵੀ ਸਾਫ ਸਾਫ ਘਰ 'ਚ ਬੈਠੇ ਹੋ, ਘਰ ਦੀ ਗੱਲ ਦੱਸਣਾ ਅਸੀਂ ਦੱਸਤੀ? ਨਹੀਂ ਨਹੀਂ, ਗੱਲ ਸਹੀ ਹੈ। ਪਤਾ ਕੀ ਹੈ, ਅਸੀਂ ਜਿਹੜੀਆਂ ਚੀਜ਼ਾਂ ਸੀ ਨਾ ਤੁਹਾਡੀਆਂ ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ, ਅਸੀਂ ਉਹਦੇ ਵਿੱਚ ਨਾ ਡਿਸਟਰਬ ਨਹੀਂ ਸੀ ਤੁਹਾਨੂੰ ਕਰਨਾ। ਬਾਕੀ ਸਾਡੀ ਕਿਚਨ ਤਿਆਰ ਹੈ, ਤੁਹਾਨੂੰ ਸਾਰਾ ਕੁਝ ਖਵਾ ਕੇ ਤੋਰਾਂਗੇ, ਇਹੋ ਜੀ ਕੋਈ ਗੱਲ ਨਹੀਂ ਹੈ। ਬੜੀ ਮਿਹਰਬਾਨੀ ਜੀ। ਹਾਂ, ਦੱਸੋ ਚਾਹ ਪੀਓਗੇ? ਚਾਹ ਪੀ ਜਾਣਾ ਪਊਗਾ? ਨਾ 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 ਨਾ, ਦੋਂਗੇ ਫੁੱਲ ਹੈ ਜੀ ਖਾਣੇ ਦੇ। ਤੁਸੀਂ ਦੱਸੋ, ਚਾਹ ਪੀਓਗੇ, ਰੋਟੀ ਖਾਓਗੇ, ਗੱਲ ਕਰੋ ਤੁਸੀਂ? ਠੀਕ ਹੈ ਫਿਰ, ਹਾਂ ਫਿਰ ਠੀਕ ਹੈ, ਪਹਿਲੇ ਰੋਟੀ ਫਿਰ ਬਾਅਦ ਚ ਚਾਹ। ਠੀਕ ਹੈ ਜੀ, ਮਿੱਠੇ ਵਾਲੀ ਸਟੀਵੀਆ? ਨਾ, ਸਟੀਵੀਆ। ਸਾਨੂੰ ਵੀ ਬਹੁਤ ਵਧੀਆ ਲੱਗਿਆ, ਤੇ ਆਪਾਂ ਹੁਣ ਤੁਹਾਨੂੰ ਖਵਾਵਾਂ ਪਿਆਵਾਂਗੇ, ਸਟੀਵੀਆ ਵਾਲੀ ਚਾਹ ਵੀ ਪਿਆਵਾਂਗੇ। ਮੰਮੀ ਜੀ ਆਪਾਂ ਫਿਰ ਲੈ ਕੇ ਜਾਣਾ, ਚਲੋ, ਪਰ ਸਾਨੂੰ ਦੱਸਣਾ ਪੈਣਾ ਕਿ ਅਸੀਂ ਕੱਲ ਵੀ ਆਉਣਾ। ਹਾਂ, ਕਿਉਂਕਿ ਅਸੀਂ ਤੁਹਾਨੂੰ ਕੱਲ ਦੁਬਾਰਾ ਮਿਲਾਂਗੇ ਇਸੇ ਸਮੇਂ ਆਪਣੇ ਕਿਸੇ ਨਵੇਂ ਗੈਸਟ ਦੇ ਨਾਲ, ਤੇ ਅਸੀਂ ਇਹਨਾਂ ਨੂੰ ਪਿਆ ਦਈਏ ਸਟੀਵੀਆ ਵਾਲੀ ਚਾਹ। ਤੇ ਤੁਸੀਂ ਸਾਰੇ ਪਲੀਜ਼ ਆਪਣਾ ਖਿਆਲ ਰੱਖਿਓ, ਕਰੋਨਾ ਵਾਇਰਸ ਤੋਂ ਬਚੋ, ਜੋ ਜੋ ਇਹਨਾਂ ਨੇ ਦੱਸਿਆ ਨਾ ਪਲੀਜ਼ ਉਹਨੂੰ ਯਾਦ ਰੱਖਿਓ, ਤੇ ਸਾਰੇ ਜਾਣੇ ਖੁਸ਼ ਰਹੋ, ਹੈਲਦੀ ਰਹੋ। ਆਪਾਂ ਕੱਲ ਫਿਰ ਮਿਲਦੇ ਹਾਂ। ਆ ਜਾਓ ਫਿਰ, ਆਪਾਂ ਤੁਹਾਨੂੰ ਰਸੋਈ 'ਚ ਲੈ ਕੇ ਚੱਲਦੇ ਹਾਂ। ਚਲੋ ਜੀ, ਆ ਜਾਓ ਜੀ।